ਇਹ ਜਾਨ 70 ਸਾਲ ਹੋ ਗਏ ਕਿਸੇ ਸਰਕਾਰ ਨੇ ਨਾ 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 ਦੇਖੋ ਇਹ ਤਾਂ ਖਬਰਾਂ ਲਾ ਲਾ ਕੇ ਕੋਈ ਸਾਡੀ ਵਾਹੀ ਨਹੀਂ ਹੁੰਦਾ ਕਿੰਨਾ ਡਰ ਕਿੰਨਾ ਲੱਗਦਾ ਪਾਣੀ ਕਾਫੀ ਵਧਿਆ ਹੋਇਆ ਸਰ ਸਰ ਜਦੋਂ ਦਰਿਆ ਚੱਲਦਾ ਨਾ ਉਹਦਾ ਦਰਿਆ ਰੱਸੀ ਜਾਂਦਾ ਉਹਦਾ ਡਰ ਨਹੀਂ ਕਰਦਾ ਨਾ ਨਾ ਤੇ ਚੱਲਦਾ ਡੂੰਗਾ ਹੁੰਦਾ ਡੂੰਗਾ ਵੀ ਚੱਲਦਾ ਬੜਾ ਸੁਣਾ ਤੇ ਬੜੀਆਂ ਮੰਗਾ ਮੰਗ ਲਈਆਂ ਨੇ ਸਾਡੇ ਕਿਸੇ ਨੇ तस्वीरां फिरोजपुर के एक अजिहे पिंड दियां हन जिथे कि 75 सालों के बाद भी लोगों नूं वड्डियां मुश्किलों का सामना तो करना ही पै रहा है पर गुलामी वाला जीवन भी जीना पै रहा है। तस्वीरां फिरोजपुर के पिंड कालूवाला दियां हन जिथों कि सतलुज दरिया पार करन लई लोगों नूं सिर्फ एक किश्ती का ही सहारा है तो हिंद पाकिस्तान सरहद ते यह पिंड एक टापू नुमा विखाई दिंदा है। लोगों के आन जान लई कोई भी पुल नहीं है। लोगों का सारा जीवन ते हर रोज़ आन जान का साधन एक किश्ती ही है। रात वेले अगर किसी ने भी कोई एमरजेंसी हालत में आना जाना पैंदा है तो उसनू वड्डी मुशक्कत करनी पैंदी है ते चलदी किश्ती दे विच ही रिस्क लैके ही अपने परिवारक मैंबरां नू इलाज लई इधर तो उधर जां उधर तो इधर आना पैंदा है। रात बराते दरिया लंघन की कोशिश करन समें लोगों के मुताबिक अनेक बार कई घटनावां भी वापर चुकिया हैं अते कई कीमती जाना भी जा चुकिया हैं। पिंड कालूवाला दे विच 75 साल बीतन के बावजूद भी लोग बिजली पानी सिक्ख्या आदि बुनियादी सहूलतों तो सखने हैं। फिरोजपुर चाज साड़ी टीम वालों पिंड कालूवाला का किश्ती च सवार होकर विशेष तौर पर दौरा किया गया अते वक वक लोगों नाल गलबात भी की गई है। सतलुज दरिया के नाल चारे पासों घिरिया यह पिंड एक टापूनुमा जगह पर वसया होया है। ਇੱਥੇ ਥੋੜੀ ਦੇਰ ਪਹਿਲਾਂ ਕਿਸੇ ਦੇ ਕਹਿੰਦੇ ਸੱਪ ਵੀ ਲੜ ਗਿਆ ਸੀ। ਹਾਂ ਲੜਿਆ ਸੀ, ਮਰ ਗਿਆ ਬੰਦਾ। ਤੇ ਉਹ ਬੇੜੀ ਦੇ ਕਹਿੰਦੇ ਲੈ ਕੇ ਜਾ ਰਹੇ ਸੀ? ਹਾਂ ਬੇੜੀ ਤੇ ਲੈ ਕੇ ਗਏ ਨੇ, ਉੱਥੇ ਤੱਕ ਮੁੱਕ ਗਿਆ ਸੀ ਪਾਰ ਦੇ ਪਾਸੇ। ਪਰ ਸਰਕਾਰ ਵੱਲੋਂ ਮੁੱਕਿਆ ਸੀ ਤੇ ਲੈ ਚਲੇ, ਉੱਥੇ ਮੁੱਕ ਗਿਆ। ਇਹ ਦਿੱਕਤ ਬਹੁਤ ਉਧਰ ਜਾਣ ਜਾਣ ਦੀ। ਹਾਂ ਬੇੜੀ ਸੀ ਇੰਨਾ ਹੀ ਹੈ ਜੀ ਨਾ, ਤਾਂ ਕਰਕੇ ਫਿਰ ਡੇਰ ਲੱਗ ਗਈ ਮੁੜ। ਸਰਕਾਰਾਂ ਨਹੀਂ ਕਹਿੰਦੀਆਂ ਲੈ ਵੀ, ਤੁਸੀਂ ਕਹਿੰਦੇ ਨਹੀਂ ਸਰਕਾਰਾਂ ਨੂੰ? ਉਹ ਕਹਿੰਦੇ ਹੋਣਗੇ, ਹਾਂ ਕਹਿੰਦੇ ਨੇ ਸਾਨੂੰ ਪੁਲ ਪੁਲ ਬਣਾ ਕੇ ਦਿਓ, ਬੇੜੀਆਂ ਵੀ ਲੰਘ ਕੇ ਜਾਂਦੇ ਰਾਤ ਨੂੰ ਔਖੇ ਹੁੰਦੇ। ਇਹ ਕਿੰਨੀ ਦੇਰ ਤੋਂ ਪੁੱਲ ਜਿਹੜੀ ਬੇੜ ਇੱਧਰ ਪੁੱਲ ਨਹੀਂ ਬਣ ਰਿਹਾ, ਕਿੰਨੀ ਦੇਰ ਤੋਂ ਪੁੱਲ? ਇਹ ਬੜਾ ਚਿਰ ਹੋ ਗਿਆ ਕਹਿੰਦੇ ਨੂੰ ਬਣਾਉਂਦੇ ਨਹੀਂ, ਸਰਕਾਰਾਂ ਨਹੀਂ ਬਣਾਉਂਦੇ। ਹਾਂ ਨਹੀਂ ਬਣਾਉਂਦੀਆਂ, ਇਹਨੂੰ ਤਾਂ ਬੜੇ ਚਿਰ ਹੋ ਗਏ ਕਹਿੰਦੇ ਨੂੰ, ਅੱਜ ਦੇ ਨਹੀਂ ਬਹੁਤ ਚਿਰ ਹੋ ਗਏ। ਤੁਸੀਂ ਇੱਥੋਂ ਤੋਂ ਰਹਿਣ ਵਾਲੇ? ਹਾਂ ਇੱਥੇ ਸਾਡਾ ਪਿੰਡ ਇਲਾਕਾ ਹੀ ਇਹੋ ਹੀ। ਤੁਸੀਂ ਕਦੇ ਨਹੀਂ ਕਿਹਾ ਸਰਕਾਰਾਂ ਨੂੰ ਲਵੀ ਤੇ ਬਣਾਓ ਪੁੱਲ ਬਣਾਓ ਤੁਹਾਡਾ ਜਾਣ ਦੇ? ਕਹਿੰਦੇ ਨੇ ਕਿ ਕਹਿੰਦੇ ਨੇ ਪੁੱਲ ਬਣਾਓ, ਤੇ ਅਗਾਂ ਕਹਿੰਦੇ ਨੇ ਬਣਾਉਣੇ ਤੇ ਅਜਿਹੇ ਕੇ ਬਣਾਈਏ। ਇਸ ਤਾਂ ਬਹੁਤ ਔਖੀਆਂ, ਦਰਿਆ ਦੇ ਵਿੱਚ ਬੈਠੇ ਨੇ, ਕੋਈ ਇੱਧਰ ਬੈਠੇ ਨੇ, ਇੱਕ ਦਰਿਆ ਦਾ ਅਗਾਂ ਹੋਇਆ। ਕਿੱਥੇ ਖੜੇ ਤੁਸੀਂ ਇਸ ਟਾਈਮ? ਅਸੀਂ ਅੱਜ ਸਤਲੁਜ ਦਰਿਆ ਤੇ ਪਿੰਡ ਟੇਂਡੀ ਵਾਲੇ। ਕੀ ਸਮੱਸਿਆ ਤੁਹਾਡੇ ਜਦੋਂ ਤੁਸੀਂ ਬੇੜੀ ਦੇ ਜਾਂਦੇ ਜੀ? ਬਹੁਤ ਸਮੱਸਿਆ ਜੀ, ਬਹੁਤ ਜ਼ਿਆਦਾ। ਇੱਥੇ ਸਾਨੂੰ ਇੱਕ ਪੁੱਲ ਦੀ ਜ਼ਰੂਰਤ ਹੈ, ਉਸ ਤੋਂ ਇਲਾਵਾ ਜਿਹੜੇ ਜ਼ਿਮੀਂਦਾਰਾਂ ਦੀ ਫਸਲ ਨੁਕਸਾਨ ਹੋ ਜਾਂਦੇ ਨੇ, ਪਾਣੀ ਦਾ ਕਿਸੇ ਅਗਰ ਨਿਕਾਸ ਨਹੀਂ ਕਰਦੇ ਡੁੱਬ ਜਾਂਦੇ ਲੋਕ, ਬੁਰੇ ਹਾਲ ਨੇ, ਬਹੁਤ ਮੁਸ਼ਕਿਲਾਂ ਆਉਂਦੀਆਂ ਬਹੁਤ ਜ਼ਿਆਦਾ। ਤੇ ਸਰਕਾਰਾਂ ਦੇ ਲੀਡਰ ਜਦੋਂ ਆਉਂਦੇ ਕੁਛ ਨਹੀਂ ਦੱਸਦੇ? ਬੜਾ ਕੁਛ ਕਹਿ ਜਾਂਦੇ ਪਰ ਬਣੇ ਤਾਂ ਹੀ ਹੈ। ਕਿੰਨੀ ਦੇਰ ਤੋਂ? ਇਹਨੂੰ ਮੁੱਦਾ ਹੀ ਬੀਤ ਗਿਆ ਜੀ, ਇੱਥੇ 100 ਸਾਲ ਤੋਂ ਉੱਤੇ ਹੋ ਗਿਆ ਕੰਮ। ਅਤੇ ਵੀ ਐਵੇਂ ਬੇੜੀ 'ਤੇ ਜਾਂਦੇ? ਬੇੜੀ 'ਤੇ, ਬੇੜੀ 'ਤੇ ਇੱਥੇ ਦੁਨੀਆ ਜਾਂਦੀ, ਕਦੀ ਕੋਈ ਵਿਚਾਰਾ ਡੁੱਬ ਜਾਂਦੇ, ਕਦੀ ਕੋਈ ਡੁੱਬ ਜਾਂਦਾ, ਬਹੁਤ ਮੁਸ਼ਕਿਲਾਂ ਨੇ ਇੱਥੇ, ਬਹੁਤ ਮੰਦੇ ਲਾਦੇ। ਜਦੋਂ ਬਿਮਾਰ ਕੋਈ ਹੋ ਜਾਂਦਾ ਫਿਰ ਕੀ ਕਰਦੇ? ਬਿਮਾਰ ਹੋ ਜਾਂਦੇ ਨੇ, ਮਰਦਾਂ ਵਿਚਾਰਾ ਬਾਹਰ ਹੀ ਮਰ ਜਾਂਦਾ, ਇਹਦੇ ਆਉਣ ਦਾ ਟਾਈਮ ਨਹੀਂ ਮਿਲਦਾ, ਕਿੰਨੇ ਨੂੰ ਬੇੜੀ ਆਣੀ ਉਹਨਾਂ ਨੂੰ ਮਰ ਜਾਂਦਾ। ਉਹ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਕਰਦੇ ਹਾਂ ਇੱਕ, ਸਾਨੂੰ ਪੁੱਲ ਚਾਹੀਦੀ ਜ਼ਰੂਰੀ ਹੈ ਇੱਥੇ। ਕੀ ਨਾਂ ਤੁਹਾਡਾ?